ਰਾਤੀ ਰਾਜ ਲਿਆਈ ਨੇ ਇਹ ਪਰਫਾਰਮੈਂਸ ਵੇਖ ਤੇ ਇਨਾ ਯਾਦਾਂ ਯਾਰਾਂ ਬੰਦਿਆਂ ਦੀ ਉਹ ਜਿਹੜੇ ਸਾਰੇ ਮੋਲਕ ਨੂੰ ਇਹ ਲੋਟ ਕੇ ਖਾ ਗਏ ਰਾਤੀ ਵੇਖਿਆ ਇਨੇ ਇੰਡੀਆ ਦੇ ਖਿਲਾਫ ਇਹ ਇਫਤਖਾਰ ਹਾਰਡ ਹਿਟਰ ਦੀ ਕਿਵੇਂ ਪਰਫਾਰਮੈਂਸ ਕੀਤੀ ਸੂ ਤੇ ਤੁਹਾਡਾ ਜਿਹੜਾ ਕਪਤਾਨ ਹੈ ਪਿਆ ਬਾਬਾ ਰਾਜ਼ਮ ਉਸ ਦਿਰ ਵੇਖਿਆ ਇਨੇ ਜੇ ਨੂੰ ਲੋਕ ਤਲੀਆਂ ਤੇ ਚਾਹੀ ਵਦਾ ਓ ਯਾਰ ਖੁਦਾ ਦਾ ਨਾਮ ਮੰਨੋ ਖੁਦਾ ਦਾ ਨਾਮ ਮੰਨੋ ਤੇ ਇਨਾ ਇਨਾ ਨੂੰ ਇੱਕੇ ਲੈਣ ਖਲਾਰ ਕੇ ਗੋਲੀ ਮਾਰ ਦਿਓ ਆਏ ਅਲਾ ਦੇ ਬੰਦੇ ਆਏ ਪੂਰੇ ਮੁਲਕ ਨੂੰ ਲੁੱਟ ਕੇ ਖਾ ਗਏ ਇਹ ਅਸਲਾਮੁਅਲੈਕਮ ਵੀਵਰਸ ਕੀ ਹਾਲ ਹੈ ਠੀਕ ਹੋ ਤਬਿਆਸੀਆ ਠੀਕ ਹੈ ਮੈਂ ਆ ਸ਼ਾਹਦ ਰਸੂਲ ਤੁਸਾ ਵੇਦੇ ਪਿਆ ਮੇਰਾ YouTube ਚੈਨਲ ਵੈਰੀ ਮੁੰਡਾ ਵੀਵਰ ਰਾਤ ਦਾ ਜਿਸਲੇ ਦਾ ਇਨਾ ਬੇਗੈਰਤਾ ਦਾ ਮੈਚ ਵੇਖਿਆ ਪੂਰੀ ਰਾਤ ਖੁਦਾ ਦੀ ਕਸਮੇ ਨੀਂਦਰ ਨਹੀਂ ਆਈ ਪੂਰੀ ਰਾਤ ਜਾਗਦਿਆਂ ਗੁਜ਼ਰ ਗਈ ਐ ਮੈਂ ਆਖਿਆ ਇਨਸ਼ਾਅੱਲਾ ਸੂਬਾ ਹੋਉਂਦੇ ਆਂ ਇਹਨਾਂ ਦੇ ਖਿਲਾਫ ਵੀਡੀਓ ਬਣਾ ਕੇ ਤੇ ਆਪਨੇ ਚੈਨਲ ਤੇ ਪਾਵਾਂਗਾ ਤੇ ਪੂਰੀ ਦੁਨੀਆ ਨੂੰ ਦੱਸਾਂਗਾ ਕਿ ਕਿਤਨੇ ਕੁ ਬੇਗੈਰਤ ਨੇ ਔਰ ਕਿਸ ਤਰੀਕੇ ਨੱਕ ਵਢੈਂਦੇ ਨੇ ਇਹਨਾਂ ਨੂੰ ਪੇੜ ਦੇ ਵਿੱਚ ਬੋੜ ਕੇ ਮਰ ਜਾਵਣਾ ਚਾਹੀਦਾ ਜਿਸ ਤਰੀਕੇ ਪਰਫਾਰਮੈਂਸ ਕਰ ਰਹੇ ਸਾਡੇ ਮੁਲਕ ਨੂੰ 10 11 ਬੰਦੇ ਲੁੱਟ ਕੇ ਖਾ ਗਏ ਤੇ ਮੈਂ ਇਨਸ਼ਾਅੱਲਾ ਇਹਨਾਂ ਦੇ ਖਿਲਾਫ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੋਰ ਮਜ਼ੀਦ ਇਸ ਮੁਲਕ ਨੂੰ ਕੰਗਾਲ ਕਰਨ ਦੇ ਚੱਕਰਾਂ ਚ ਓਏ ਇਨਾਂ ਦੇ ਇਨਾਂ ਦਾ ਕੰਮ ਹੈ ਪੂਰੇ ਸਾਲ ਦੇ ਵਿੱਚ ਇਨਾਂ ਕ੍ਰਿਕਟ ਖੇਡਣੀ ਹੁੰਦੀ ਏ ਇਨਾਂ ਕੋਈ ਮੱਜੀ ਨੂੰ ਪੱਠੇ ਗੱਤਣੇ ਹੁੰਦੇ ਨੇ ਇਨਾਂ ਕੇ ਜਨਾਬ ਖਾਲੇ ਖਟਣੇ ਹੁੰਦੇ ਨੇ ਇਨਾਂ ਕੋਈ ਖਾਦੂ ਪਾਵਣੀ ਹੁੰਦੀਆਂ ਨੇ ਕੋਈ ਸਪਰੇਅ ਕਰਨੀ ਹੁੰਦੀਆਂ ਓ ਯਾਰ ਸਿਰਫ ਇਨਾਂ ਦੇ ਜ਼ਿੰਮੇ ਕ੍ਰਿਕਟ ਏ ਇਨਾਂ ਕ੍ਰਿਕਟ ਖੇਡਣੀ ਤੇ ਉਹ ਵੀ ਜਿਵੇਂ ਮੈਦਾਨ ਦੇ ਵਿੱਚ ਜਾਂਦੇ ਨੇ ਗੈਰ ਮੁਲਕਾਂ ਦੇ ਖਿਲਾਫ ਜਾਂਦੇ ਨੇ ਉਹਨਾਂ ਅਗਲੀ ਪਰਸੂ ਪਹਿਲੇ ਦੇ ਵੇਖ ਲਓ ਯੂਏਈ ਕਿਹੜਾ ਮੁਲਕ ਕੇ ਕਿਹੜੀ ਕੋ ਟੀਮ ਹੈ ਜਿਹੜੇ ਦੇ ਕੋਲ ਇਹ ਨੱਕ ਵਢਾ ਕੇ ਤੇ ਆ ਗਏ ਉਸ ਤੋਂ ਬਾਅਦ ਹੁਣ ਰਾਤੀ ਵੇਖ ਲਓ ਕਿ ਇੰਡੀਆ ਜਿਹੜਾ ਸਾਡਾ ਆਦੀ ਦੁਸ਼ਮਣ ਹੈ ਪਿਆ ਸ਼ੁਰੂ ਤੋਂ ਇੰਡੀਆ ਸਾਡਾ ਦੁਸ਼ਮਣ ਹੈ ਉਹ ਚਲੋ ਤੁਹਾਨੂੰ ਬਿਮਾਰੀ ਵਜੇ ਹੋਰ ਕਿਸੇ ਦੇ ਖਿਲਾਫ ਨਾ ਖੇਡੋ ਤੇ ਇੰਡੀਆ ਦੇ ਖਿਲਾਫ ਤਾਂ ਖੇਡੋ ਉਹ ਖੁਦਾ ਦਾ ਨਾਮ ਮੰਨੋ ਤੇ ਇਸ ਮੁਲਕ ਦੀ ਜਾਨ ਛੱਡ ਦਿਓ ਇਸ ਮੁਲਕ ਦੀ ਗਰੀਬ ਆਮ ਦੀ ਜਾਨ ਛੱਡ ਦਿਓ ਤੇ ਬੰਦੇ ਬਣ ਜਾ ਤੁਹਾਡੇ ਕੋਲ ਉਹ ক্রিকেট ਸ਼੍ਰਿਕਟ ਕੋਈ ਨਹੀਂ ਖਿਡਿੰਦੀ ਤੁਸੀਂ ਆਵਾਮ ਨੂੰ ਹੀ ਖਰਾਬ ਕੀਤਾ ਆਵਾਮ ਜਨਾਬ ਆਪਣੇ ਕੰਮ ਧੰਦੇ ਛੱਡ ਕੇ ਆਪਣਾ ਸਾਰੇ ਮਸਲੇ ਮਸੈਲ ਠਾਪ ਚਾਦ ਕਰਕੇ ਤੇ ਤੁਹਾਡਾ ਮੈਚ ਵੇਖਣ ਬੰਦੀਏ ਓਏ ਰਾਤੀ ਅੱਲਾ ਦੇ ਬੰਦੇ ਲੋਕਾਂ ਨੂੰ ਅਟੈਕ ਹੋ ਗਿਆ ਲੋਕ ਤੁਹਾਡੀ ਪਰਫਾਰਮੈਂਸ ਵੇਖ ਤੇ ਮਰ ਗਏ ਨਾ ਇਥੇ ਗੈਰਤਮੰਦ ਲੋਕ ਓ ਤੁਹਾਡੇ ਵਿੱਚ ਰਤੀ ਬਰ ਗੈਰਤ ਕਾਇ ਨਹੀਂ ਬੇਗਰਤੋ ਓਏ ਅਗਰ ਤੁਹਾਡੇ ਵਿੱਚ ਗੈਰਤ ਹੁੰਦੀ ਤਾਂ ਉਥਾ ਮੈਦਾਨ ਦੇ ਵਿੱਚ ਨੱਕ ਪਾਣੀ ਦੇ ਵਿੱਚ ਚੁੱਲੀ ਬਰ ਪਾਣੀ ਦੇ ਵਿੱਚ ਨੱਕ ਬੋੜ ਕੇ ਮਰ ਜਾਂਦੇ ਜੇ ਤੁਸੀਂ ਤੁਹਾਡੇ ਵਿੱਚ ਗੈਰਤੋਂ ਨਹੀਂ ਤਾਂ ਅੱਬੇ ਗੈਰਤੋ ਰਾਤੀ ਲੋਕ ਟੀਵੀਆ ਦੀਆਂ ਸਕਰੀਨਾਂ ਤੇ ਬੈਠੇ ਬੈਠੇ ਮਰ ਗਏ ਨੇ ਗੈਰਤਮੰਦ ਲੋਕ ਤੇ ਤੁਸੀਂ ਪੇੜੇਚ ਨਹੀਂ ਮੋਏ। ਨਸੀਮ ਸ਼ਾਹ ਬੋਲਰ ਹੋ ਕੇ ਹਿੱਟ ਮਾਰ ਸਕਦਾ ਹੈ। ਉਹ ਤੁਹਾਡੀਆਂ ਬਾਹਾਂ ਬਨੀਆਂ ਹੋਈਆਂ ਤੇ ਤੁਹਾਡੀਆਂ ਬਾਹਾਂ ਕੱਟੀਆਂ ਹੋਈਆਂ ਤੁਸੀਂ ਹਿੱਟਾਂ ਨਹੀਂ ਮਾਰ ਸਕਦੇ ਇੱਕ ਬੋਲਰ ਬੋਲਿੰਗ ਹੀ ਚੰਗੀ ਕਰਾ ਸਕਦਾ ਨਾਲ ਹਿੱਟਾਂ ਵੀ ਮਾਰ ਸਕਦਾ ਤੇ ਤੁਹਾਡੀਆਂ ਬਾਹਾਂ ਬਨੀਆਂ ਹੋਈਆਂ ਜਿਹੜਿਆਂ ਦੇ ਜ਼ਿੰਮੇ ਸਿਰੇ ਬੈਠेंगे। ਉਹ ਜੇ ਬੈਟਿੰਗ ਵਾਲੇ ਬੈਟਿੰਗ ਨਹੀਂ ਕਰ ਸਕਦੇ ਜਦਾ ਬੈਟਿੰਗ ਵਾਲੇ ਬੈਟਿੰਗ ਕਰਦੇ ਉਹਦਾ ਬੋਲਿੰਗ ਨਹੀਂ ਚੱਲਦੀ ਜਦਾ ਬੋਲਿੰਗ ਚੱਲਦੀ ਉਹਦਾ ਬੈਟਿੰਗ ਨਹੀਂ ਚੱਲਦੀ ਪਾ ਤੂੰ ਸੱਚਾ ਹੰਦੇ ਕੀ ਨੇ ਓਏ ਹੁਣ ਤਾਂ ਤੂੰ ਸਾ ਮੁਲਕ ਨੂੰ ਕੰਗਾਲਕਾਰ ਛੱਡਿਆ 10 11 15 ਬੰਦਿਆਂ ਹੁਣ ਇਸ ਦੇ ਕੋਲੋਂ ਕੀ ਲਊ ਨੇ ਖੁਦਾ ਦਾ ਨਾਮ ਮੰਨੋ ਇਸ ਮੁਲਕ ਦੀ ਤੇ ਇਸ ਮੁਲਕ ਦੀ ਆਮਾਨ ਦੀ ਜਾਨ ਛੱਡ ਦਿਓ ਤੇ ਅੱਗੇ ਖਰੀਬ ਤੇ ਕੰਕਾਲ ਮੋਲ ਕੋ ਆ ਪਿਆ ਬਾਕੀ ਤੁਹਾਡੇ ਹੁਣ ਖਰਚੇ ਹੋਟਲਾਂ ਦੇ ਖਰਚੇ ਜਹਾਜ਼ਾਂ ਦੇ ਕਿਰਾਏ ਤੇ ਤੁਹਾਡੀਆਂ ਤਨਖਾਹਾਂ ਹੁਣ ਮਜ਼ੀਦ ਇਸ عوام ਦੇ ਕੋਲ ਕੋਈ ਗੁੰਝੈਸ਼ ਨਹੀਂ ਭਰਣ ਦੀ ਲਿਆਜ਼ਾ ਮਿਹਰਬਾਨੀ ਕਰਕੇ ਇਸ ਮੁਲਕ ਤੇ عوام ਦੀ ਜਾਨ ਛੱਡ ਦਿਓ عوام ਆਪਦੇ ਬੜੇ ਵੱਡੇ ਵੱਡੇ ਕਾਰੋਬਾਰ ਠਾਪ ਕਰਕੇ ਤੇ ਆ ਕੇ ਟੀਵੀਆਂ ਦੀਆਂ ਸਕਰੀਨਾਂ ਤੇ ਬੈਠੀਏ ਕਿਰਾਏ ਭਰ ਕੇ ਤੁਹਾਡੇ ਮਗਰ ਗਈਏ ਲੇਕਿਨ ਤੁਸਾ ਉਹਨਾਂ ਦਾ ਨੱਕ ਵੱਡਾ ਸਟਿਆ ਇਤਨੀ عوام ਦੇ ਸਾਹਮਣੇ ਓਏ ਅੱਲਾਹ ਦੇ ਬੰਦੇਆ ਤੁਹਾਡੇ ਪੱਲੇ ਗੈਰਤ ਕਾਇ ਨਹੀਂ ਅਗਰ ਗੈਰਤ ਹੁੰਦੀ ਤਾਂ ਤੂੰ ਸਾ ਪੇੜ ਦੇ ਵਿੱਚੇ ਬੋੜ ਕੇ ਮਰ ਜਾਂਦੇ ਪਸ ਤੂੰ ਸਾ ਜਿਹੜੀ ਗੇਮ ਖੇਡਦੇ ਪਏ ਨੇ ਨਾ ਉਹ ਆ ਜੂਏ ਵਾਲੀ ਗੇਮ ਖੇਡੋ ਤੁਹਾਡੇ ਕੋਲ ਕ੍ਰਿਕਟ ਨਹੀਂ ਖਿਡਿੰਦੀ ਸਿਰਫ ਤੂੰ ਸਾ ਜੂਆ ਖੇਡੋ ਖੁਦ ਵੀ ਜੂਆ ਖੇਡੋ ਤੇ ਨਾਲ ਆਵਾਮ ਨੂੰ ਵੀ ਜੂਆ ਖਿਡਾਇਓ ਤੁਸੀਂ ਸਿਰਫ ਜੂਆ ਖੇਡ ਸਕਦੇ ਨਹੀਂ ਕ੍ਰਿਕਟ ਨਹੀਂ ਖੇਡ ਸਕਦੇ ਨਹੀਂ ਅਗਰ ਕ੍ਰਿਕਟ ਖੇਡਵਾ ਤੇ ਰਾਤੀ ਇੰਡੀਆ ਕੋਲੋਂ ਨਾ ਹਾਰ ਜਾਵਾ ਐ ਅੱਲਾ ਦੇ ਬੰਦੇ ਆ ਖੁਦਾ ਦਾ ਨਾਮ ਮੰਨੋ ਤੇ ਇਸ ਮੁਲਕ ਦੀ ਜਾਨ ਛੱਡ ਦੇ ਨਾਲ ਹੀ ਮੈਂ ਆਵਾਮ ਦੇ ਅਗੂ ਹੱਥ ਜੋੜ ਕੇ ਗੁਜ਼ਾਰਿਸ਼ ਕਰੇ ਨਾ ਅਰਜ਼ ਕਰੇ ਨਾ ਯਾਰ ਇਹਨਾਂ ਨੂੰ ਤੁਸੀਂ ਵੀ ਵੇਖਣਾ ਛੱਡ ਦਿਓ ਉਹ ਜਦਾਂ ਇਹਨਾਂ ਤੁਹਾਡੇ ਦਿਲ ਤੇ ਠੰਡ ਹੀ ਨਹੀਂ ਪਾਵਣੀ ਇਹਨਾਂ ਤੁਹਾਡਾ ਦਿਲ ਹੀ ਨਹੀਂ ਖੁਸ਼ ਕਰਨਾ ਤੇ ਇਹਨਾਂ ਨੂੰ ਕਾਪਣੇ ਕਾਰੋਬਾਰ ਕੰਮ ਧੰਦੇ ਛੱਡ ਕੇ ਵੇਖਣ ਦਾ ਕੀ ਫਾਇਦਾ ਫੋਨਾਂ ਤੇ ਪੈਕੇਜ ਲਾ ਕੇ ਵੇਖਣ ਦਾ ਕੀ ਫਾਇਦਾ ਅੱਲਾ ਦੇ ਬੰਦੇ ਤੁਸੀਂ ਵੀ ਇਹਨਾਂ ਨੂੰ ਵੇਖਣਾ ਛੱਡ ਦਿਓ ਤੇ ਮਿਹਰਬਾਨੀ ਕਰੋ ਇਨਾਂ ਦੇ ਵਿੱਚੋਂ ਕੋਈ ਫਾਇਦਾ ਨਹੀਂ ਨੇ ਇਨਾ ਕਦੀ ਤੁਰੇ ਬਣ ਕੇ ਤੇ ਪਾਕਿਸਤਾਨ ਦੇ 에어ਪੋਰਟਾਂ ਤੇ ਨਹੀਂ ਆਲਾਣਾ ਇਸ ਦੇ ਨਾਲ ਹੀ ਮੈਂ ਆਪਦੀ ਵੀਡੀਓ ਦਾ ਐਂਡ ਕਰੀਨਾ ਮੇਰੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ